ਆਪਣੀ ਸਕੂਲ ਵੈਨ ਦੇ ਉੱਤੇ ਪੱਥਰ ਤੇ ਇੱਟਾਂ ਮਾਰਦੇ ਇੱਕ ਕਾਵੜੀਏ ਨੇ ਜਿਨ੍ਹਾਂ ਦੇ ਵੱਲੋਂ ਹੁਣ ਇੱਕ ਸਕੂਲ ਵੈਨ ਨੂੰ ਘੇਰਿਆ ਗਿਆ ਹੈ ਤੇ ਉਸ ਤੇ ਰੱਜ ਕੇ ਇੱਟਾਂ ਪੱਥਰ ਮਾਰੇ ਗਏ ਨੇ। ਸਕੂਲ ਵੈਨ ਦਾ ਨੁਕਸਾਨ ਕੀਤਾ ਹੈ, ਦੇਖੋ ਭੰਨ ਦਿੱਤੀ ਗਈ ਹੈ ਪੂਰੀ ਤਰ੍ਹਾਂ ਦੇ ਨਾਲ। ਇਹ ਸਕੂਲ ਵੈਨ ਸ਼ੀਸ਼ੇ ਤੱਕ ਭੰਨ ਦਿੱਤੇ ਨੇ, ਡੈਂਟ ਪੈ ਗਏ ਨੇ, ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਕਾਵੜੀ ਹਾਲੇ ਵੀ ਨਹੀਂ ਰੁਕ ਰਹੇ ਨੇ, ਲਗਾਤਾਰ ਇੱਟਾਂ ਪੱਥਰ ਚੁੱਕ ਚੁੱਕ ਕੇ ਮਾਰੀ ਜਾ ਰਹੇ ਨੇ। ਦੱਸਿਆ ਜਾ ਰਿਹਾ ਕਿ ਸਕੂਲ ਵੈਨ ਦੇ ਨਾਲ ਇੱਕ ਕਾਵੜੀਏ ਨੂੰ ਟੱਕਰ ਲੱਗ ਗਈ ਸੀ, ਜਿਸ ਕਰਕੇ ਕਾਵੜੀਏ ਨੇ ਗੁੱਸੇ ਵਿੱਚ ਆ ਗਏ ਕਿ ਸਾਰੇ ਇਕੱਠੇ ਹੋ ਕੇ ਇਸ ਸਕੂਲ ਵੈਨ ਨੂੰ ਘੇਰਾ ਪਾ ਲਿਆ, ਰੋਕ ਲਿਆ ਤੇ ਫਿਰ ਇਸ ਸਕੂਲ ਵੈਨ ਦੇ ਉੱਤੇ ਲਗਾਤਾਰ ਇੱਟਾਂ ਰੋੜੇ ਮਾਰਦੇ ਰਹੇ। ਗੱਡੀ ਪੂਰੀ ਤਰ੍ਹਾਂ ਦੇ ਨਾਲ ਚੱਕਣਾ ਚੂਰ ਹੋ ਗਈ ਹੈ। ਤਸਵੀਰਾਂ ਦੇਖੋ, ਸ਼ੀਸ਼ੇ ਸਾਰੇ ਭੰਨੇ ਹੋਏ ਨੇ, ਚਾਰੇ ਪਾਸਿਓ ਇਸ ਸਕੂਲ ਵੈਨ ਨੂੰ ਘੇਰਾ ਪਾ ਕੇ ਇਸ ਤੇ ਇੱਟਾਂ ਰੋੜੇ ਪੱਥਰ ਮਾਰੇ ਗਏ ਨੇ। ਜੇ ਕੋਈ ਇਹਨਾਂ ਕਾਵੜੀਆਂ ਨੂੰ ਰੋਕਣ ਦੇ ਲਈ ਅੱਗੇ ਆਉਂਦਾ ਸੀ ਤਾਂ ਉਹਨਾਂ ਨਾਲ ਵੀ ਲੜਦੇ ਸਨ, ਉਹਨਾਂ ਦੀ ਕੁੱਟਮਾਰ ਕਰਨ ਲੱਗ ਜਾਂਦੇ ਸਨ। ਇਹਨਾਂ ਨੂੰ ਰੋਕਣਾ ਮੁਸ਼ਕਿਲ ਹੋ ਗਿਆ ਤੇ ਕਾਫੀ ਦੇਰ ਤੱਕ ਸੜਕ ਦੇ ਉੱਤੇ ਇਸੇ ਤਰ੍ਹਾਂ ਇਹਨਾਂ ਕਾਵੜੀਆਂ ਨੇ ਹੰਗਾਮਾ ਕੀਤਾ ਹੈ। ਮਹਿਜ਼ ਇੱਕ ਟੱਕਰ ਲੱਗਣ ਦਾ ਇੰਨਾ ਗੁੱਸਾ ਆਇਆ ਇਹਨਾਂ ਕਾਵੜੀਆਂ ਨੂੰ ਕਿ ਉਹਨਾਂ ਨੇ ਸਕੂਲ ਵੈਨ ਨੂੰ ਹੀ ਭੰਨਣਾ ਸ਼ੁਰੂ ਕਰ ਦਿੱਤਾ। ਸੜਕ ਦੇ ਪਏ ਇੱਟਾਂ ਰੋੜਿਆਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੇ ਬੱਸ ਦੀ ਹਾਲਤ ਦੇਖ ਕੇ ਵੀ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਇਹ ਕਾਵੜੀਏ ਜਿਹੜੇ ਨੇ ਕਿਸ ਹੱਦ ਤੱਕ ਇੱਟਾਂ ਰੋੜੇ ਇਸ ਬੱਸ ਤੇ ਮਾਰੇ ਨੇ ਇਹਨਾਂ ਨੇ, ਤੇ ਹਾਲੇ ਵੀ ਰੁਕ ਨਹੀਂ ਰਹੇ। ਵੀਡੀਓ ਸਾਹਮਣੇ ਆਈ ਹੈ ਫਤਿਹਾਬਾਦ ਦੇ ਰਤੀਆ ਦੇ ਟੋਹਾਨਾ ਰੋਡ ਦੀ, ਜਿੱਥੇ ਸਕੂਲ ਵੈਨ ਦੇ ਨਾਲ ਇੱਕ ਕਾਵੜੀਏ ਨੂੰ ਟੱਕਰ ਲੱਗ ਜਾਂਦੀ ਹੈ ਤੇ ਫਿਰ ਸਾਰੇ ਕਾਵੜੀਏ ਇਕੱਠੇ ਹੋ ਕੇ ਇਸ ਸਕੂਲ ਵੈਨ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੰਦੇ ਨੇ। ਹੋਰ ਕੁਛ ਨਹੀਂ ਮਿਲਦਾ ਤਾਂ ਸੜਕ ਤੋਂ ਪੱਥਰ ਤੇ ਇੱਟਾਂ ਚੁੱਕ ਚੁੱਕ ਕੇ ਇਸ ਸਕੂਲ ਵੈਨ ਦੇ ਉੱਤੇ ਮਾਰਦੇ ਨੇ। ਸ਼ੀਸ਼ੇ ਸਾਰੇ ਭੰਨ ਦਿੱਤੇ ਗਏ ਨੇ, ਚਾਰੇ ਪਾਸਿਓ ਇਸ ਸਕੂਲ ਵੈਨ ਨੂੰ ਘੇਰਾ ਪਾ ਕੇ ਇਸ ਸਕੂਲ ਦੇ ਉੱਤੇ ਇੱਟਾਂ ਰੋੜੇ ਮਾਰੇ ਗਏ ਨੇ। ਗਨੀਮਤ ਹੈ ਕਿ ਇਸ ਸਕੂਲ ਵੈਨ ਦੇ ਵਿੱਚ ਕੋਈ ਬੱਚੇ ਮੌਜੂਦ ਨਹੀਂ ਸਨ ਤੇ ਡਰਾਈਵਰ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ ਹੈ। ਜਦਕਿ ਇੱਥੇ ਕਾਵੜੀਏ ਜੇ ਕੋਈ ਉਹਨਾਂ ਨੂੰ ਰੋਕਣ ਵੀ ਆਉਂਦਾ ਸੀ ਕਿ ਨਾ ਇੱਟਾਂ ਪੱਥਰ ਮਾਰੋ ਤਾਂ ਉਹਨਾਂ ਨੂੰ ਵੀ ਟੁੱਟ ਕੇ ਪੈ ਜਾਂਦੇ ਸਨ, ਉਹਨਾਂ ਦੀ ਵੀ ਕੁੱਟਮਾਰ ਕਰਦੇ ਸਨ। ਇਹਨਾਂ ਨੂੰ ਸਮਝਾਉਣਾ ਔਖਾ ਹੋ ਗਿਆ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਦੋਨਾਂ ਧਿਰਾਂ ਨੂੰ ਸਮਝਾਇਆ ਗਿਆ ਅਤੇ ਫਿਰ ਇਹਨਾਂ ਕਾਵੜੀਆਂ ਨੂੰ ਵਾਪਸ ਭੇਜਿਆ ਗਿਆ। ਫਿਰ ਮਾਮਲਾ ਸ਼ਾਂਤ ਹੋਇਆ, ਇੱਥੇ ਸੜਕ 'ਤੇ ਵੀ ਜਾਮ ਲੱਗ ਗਿਆ ਕਿਉਂਕਿ ਕਾਵੜੀਆਂ ਦੇ ਵੱਲੋਂ ਲਗਾਤਾਰ ਹੀ ਇੱਥੇ ਇੱਟਾਂ ਰੋੜੇ ਬਰਸਾਏ ਜਾ ਰਹੇ ਸਨ। ਸਕੂਲ ਵੈਨ ਦੇ ਉੱਤੇ ਇਹ ਪੱਥਰ ਚੁੱਕ ਚੁੱਕ ਕੇ ਮਾਰੇ ਜਾ ਰਹੇ ਸਨ ਜੋ ਰੁਕ ਨਹੀਂ ਰਹੇ ਸਨ, ਅਤੇ ਪੁਲਿਸ ਦੇ ਵੱਲੋਂ ਆ ਕੇ ਇਸ ਮਾਮਲੇ ਨੂੰ ਸ਼ਾਂਤ ਕਰਾਇਆ ਗਿਆ।